ਅੱਜ ਬਾਈ ਜੀ ਤਵੀਆਂ ਜੋੜਾਂਗੇ। ਤਾਜ਼ਾ ਵਾਹਵਾ ਹੋਇਆ ਹੋਇਆ ਸੀਗਾ, ਤਵੀਆਂ ਮਾਰ ਕੇ ਤੇ ਫਿਰ ਆਪਾਂ ਫੱਟ ਗ੍ਰਾਹ ਜੋੜਾਂਗੇ। ਫੱਟ ਗ੍ਰਾਹ ਤੋਂ ਬਾਅਦ ਆਪਾਂ ਜੋੜਾਂਗੇ ਕੰਪਿਊਟਰ ਗ੍ਰਾਹ। ਜ਼ਮੀਨ ਆ ਆਇਆ ਤਾਂ ਜ਼ਮੀਨ ਆ ਗਿਆ ਫਿਰ ਕਹਿਣਾ ਹੀ ਕੀ। ਚਲੋ ਅਤੇ ਪੰਪ ਆਪਣਾ ਜਿਹੜਾ ਹੋਇਆ ਸੀਗਾ ਤੁਹਾਨੂੰ ਦੱਸ ਹੀ ਦਿੱਤਾ ਵੀ ਆਪਣੇ ਪਸੰਦ ਆਇਆ ਨਹੀਂ ਆ। ਦੇਖੀ ਜਾਂਦੀ ਆ ਵੀ ਪਹਿਲਾਂ ਕਸ਼ਮੀਰ ਜਾਂਦੇ ਹਾਂ ਜਾਂ ਫਿਰ ਪਹਿਲਾਂ ਪੰਪ ਕਰਾ ਕੇ ਲਿਆਉਂਦੇ ਹਾਂ, ਆਹ ਨਹੀਂ ਪਤਾ ਹੁਣ। ਅਤੇ ਕੱਲ੍ਹ ਅਲਟਰਾਲੀ ਖੁੱਲ੍ਹੀ ਸੀ ਉਹ ਤਾਂ ਚਲੋ ਤੁਸੀਂ ਦੇਖ ਹੀ ਲਈ। ਮੈਨੂੰ ਚਾਂਸਿਸ ਜ਼ਿਆਦਾ ਲੱਗਦੇ ਪਹਿਲਾਂ ਪੰਪ ਕਰਾ ਕੇ ਲਿਆਵਾਂਗੇ, ਕਸ਼ਮੀਰ ਬਾਅਦ 'ਚ ਜਾਵਾਂਗੇ। ਕਿਉਂਕਿ ਸ਼ਾਇਦ 28 ਤਰੀਕ ਨੂੰ ਦੁਆਬੇ 'ਚ ਮੇਲਾ ਆਊਗਾ ਇੱਕ ਹੋਰ, ਅਤੇ ਉਹ ਆਪਾਂ ਲਾ ਕੇ ਆਉਣਾ। ਦਾ ਪਹਿਲਾ ਗੇਅਰ ਆ ਬਾਈ ਜੀ, ਦੂਜੇ ਹਾਈ ਜਿੰਨਾ ਤੋਰਾ ਹੁੰਦਾ ਇਹਦਾ ਡੀ ਦੇ ਪਹਿਲੇ ਦਾ, ਅਤੇ ਆਪਣੀਆਂ 18 ਤਵੀਆਂ ਇਹ। ਇੱਕ ਮਿੰਟ ਤਾਰ ਕੱਢੀ ਫਿਰ ਦਿਖਾਵਾਂ, ਕਿਤੇ ਮੈਂ ਤਾਰ ਤਾਂ ਹੀ ਲੈ ਜਾ। ਤੁਹਾਨੂੰ ਪਤਾ ਵੱਡੇ ਡਰਾਈਵਰ ਬਣ ਜਾਏਗਾ ਆਪਾਂ ਫਿਰ ਕਈ ਜਾਰੀ। ਆਪਣੀਆਂ 18 ਤਵੀਆਂ ਫੁੱਲ ਖੁੱਲੀਆਂ ਹੋਈਆਂ, ਨੂਰ ਮਹਿਲ ਵਾਲੀਆਂ। ਅਤੇ ਡੀ ਦਾ ਪਹਿਲਾ ਗੇਅਰ ਹੈ, 1500 ਦੇ ਛੱਡਿਆ 100 ਚੱਕਰ ਤੋੜ ਕੇ ਚੱਲੀ ਜਾਂਦਾ। ਅਤੇ ਜਦੋਂ ਨਵਾਂ ਲਿਆਂਦਾ ਸੀ ਉਹਦੇ ਨਾਲੋਂ ਬਰਾਬਰ ਜਿਹੀ ਆ ਉਹਦੇ, ਮੈਨੂੰ ਕੋਈ ਖਾਸ ਫਰਕ ਨਹੀਂ ਲੱਗਿਆ ਪੰਪ ਦਾ। ਐਵੇਂ ਤੁਹਾਨੂੰ ਗੱਪ ਮਾਰਾਂ, ਦੇਖੋ ਅਰਜਨ ਦਾ ਪੰਪ ਬਹੁਤ ਵਧੀਆ ਕੀਤਾ ਬਾਈ ਨੇ, ਉਹਦੀ ਆਪਾਂ ਵਡਿਆਈ ਵੀ ਕੀਤੀ ਹੈ ਅਤੇ ਵੀਡੀਓ ਵੀ ਪਾਵਾਂਗੇ ਉਹਦੀ ਆਪਾਂ। ਜਿਹਦਾ ਹੋਇਆ ਕੰਮ ਵਧੀਆ ਉਹਦਾ ਆਪਾਂ ਵਡਿਆਈ ਕਰਦੇ ਹਾਂ, ਅਤੇ ਜਿਹਦੀ ਨਹੀਂ ਹੋਇਆ ਚਲੋ ਠੀਕ ਹੈ, ਕੋਈ ਨਾ ਕੋਈ ਕਮੀ ਰਹਿ ਜਾਂਦੀ ਹੁੰਦੀ ਹੈ ਕਈ ਵਾਰੀ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਬਾਈ ਨੇ ਆਪਾਂ ਨੂੰ ਉਸ ਸਪਸ਼ਟ ਕਿਹਾ ਵੀ ਬੱਸ 'ਤੇ ਭੇਜ ਦਿਉ ਤੁਸੀਂ ਪੰਪ, ਉਹ ਚੱਲ ਆਪਣੇ ਆਪ ਦਾ ਹੀ ਕੀੜਾ ਵੀ ਨਹੀਂ ਸਪੈਸ਼ਲ ਹੀ ਜਾਵਾਂਗੇ, ਅਤੇ ਕੋਈ ਰੁਪਈਆ ਨਹੀਂ ਲੱਗਣਾ ਹੋਰ ਨਹੀਂ ਬਾਈ ਦੁਬਾਰੇ ਕਰਕੇ ਦਊਗਾ ਪੰਪ ਆਪਾਂ ਨੂੰ, ਕੋਈ ਚੱਕਰ ਵਾਲੀ ਗੱਲ ਨਹੀਂ। ਪਲੱਸ ਬਾਈ ਸਾਰਿਆਂ ਨੂੰ ਇੱਕ ਨਿੱਕੀ ਜਿਹੀ ਨੌਲੇਜ, ਜਿਨ੍ਹਾਂ ਨੂੰ ਪਤਾ ਬਾਹਲੀ ਵਧੀਆ ਗੱਲ ਹੈ, ਜਿਨ੍ਹਾਂ ਨੂੰ ਨਹੀਂ ਪਤਾ ਇਹ ਉਹਨਾਂ ਵਾਸਤੇ ਹੈ। ਅਤੇ ਮੰਨ ਕੇ ਚੱਲੋ ਜਿਨ੍ਹਾਂ ਨੂੰ ਪਸੰਦ ਨਹੀਂ ਆਈ ਬਈ ਤੁਸੀਂ ਸਕਿੱਪ ਕਰ ਦਿਓ, ਪਰ ਗਿਆਨ ਨਾ ਚੋ ਦਿਓ ਆਪਦਾ ਪਹਿਲਾਂ ਕਹਿ ਦਿੰਦਾ ਠੀਕ ਹੈ ਨਾ। ਹੁਣ ਜਿਨ੍ਹਾਂ ਦੇ ਆਹ ਇਨਫੋਰਮੇਸ਼ਨ ਉਹਨਾਂ ਵਾਸਤੇ ਬਈ ਜੀ, ਜਿਨ੍ਹਾਂ ਦੇ ਵਾਹਣ ਹੈਗੇ 3 ਚੁੰਡੇ, ਪੁੱਤਰੀ ਵਾਹਣ ਹੈ ਜਿਨ੍ਹਾਂ ਦੇ, ਮੰਨ ਲਓ ਆਹ ਵਾਹਣ ਆਪਣਾ, ਹੁਣ ਉੱਥੇ ਜਾ ਕੇ ਚੁੰਡ ਬਣ ਜਾਂਦੀ ਹੈ ਇੱਕ ਵੀ ਟ੍ਰਾਇੰਗਲ ਵਾਲੇ ਹੀ ਵਾਹਣ ਹੈ, ਪੁੱਤਰੀ ਵਾਹਣ ਜਿਹਨੂੰ ਕਹਿ ਦਿੰਦੇ ਹਾਂ ਆਪਾਂ 3 ਚੁੰਡਾ। ਅਤੇ ਉਹਨਾਂ ਵਾਹਣਾਂ 'ਚ ਜਦੋਂ ਆਪਾਂ ਤਵੀਆਂ ਮਾਰਦੇ ਹਾਂ ਅਤੇ ਉਦੋਂ ਆਪਾਂ ਨਵਾਂ ਗੇੜਾ ਕੱਢਦੇ ਹਾਂ ਵੀ ਮੰਨ ਲਓ ਹੁਣ ਸਾਰੇ ਅੱਡੋ ਅੱਡ ਏਰੀਆ 'ਚ ਅੱਡੋ ਅੱਡ ਵਰਡ ਯੂਜ਼ ਕੀਤੇ ਜਾਂਦੇ, ਇਹਦੇ ਵਾਸਤੇ ਨਵੀਂ ਹਲਾਂ ਮਲਦੇ ਹਾਂ, ਨਵੀਂ ਰਾੜ ਮਲਦੇ ਹਾਂ, ਨਵਾਂ ਗੇੜਾ ਕੱਢਦੇ ਹਾਂ। ਜਦੋਂ ਪੁਰਾਣਾ ਗੇੜਾ ਆਪਾਂ ਪੂਰਾ ਕਰਕੇ ਅਤੇ ਨਵਾਂ ਗੇੜਾ ਕੱਢਦੇ ਹਾਂ, ਜਦੋਂ ਆਪਾਂ ਨਵਾਂ ਗੇੜਾ ਕੁਦਰੀ ਵਾਹਣ 'ਚ ਕੱਢਦੇ ਹਾਂ, ਜੇ ਤੁਸੀਂ ਆ ਹੁਣ ਜਿਵੇਂ ਇੱਧਰਲੇ ਪਾਸੇ ਆਉਣਾ ਸਿੱਧਾ ਵਾ ਅਤੇ ਉੱਧਰਲੇ ਪਾਸੇ ਉਹ ਠੇਡਾ, ਕਦੇ ਵੀ ਤੁਸੀਂ ਨਵਾਂ ਗੇੜਾ ਕੱਢਣਾ ਤਾਂ ਟੇਢੇ ਵਾਲੇ ਪਾਸਿਓਂ ਸਿੱਧੇ ਨੂੰ ਗੇੜਾ ਸਟਾਰਟ ਕਰੋ, ਤੁਹਾਡੀ ਹਲਾਂ ਹਮੇਸ਼ਾ ਸਿੱਧੀ ਰਹੂਗੀ। ਹੁਣ ਮੈਂ ਇੱਧਰੋਂ ਲੈ ਕੇ ਜਾਊਂਗਾ ਨਾ, ਜਿੰਨਾ ਮਰਜ਼ੀ ਜ਼ੋਰ ਲਾ ਲਾ, ਜਿੰਨਾ ਮਰਜ਼ੀ ਐਕੂਰੇਟ ਹੋ ਕੇ ਬੈਠਾ ਰਵਾਂ, ਸਿੱਧੇ ਵਾਲੇ ਪਾਸਿਓਂ ਜਦੋਂ ਟੇਢੇ ਅੰਨੀ ਨਵਾਂ ਗੇੜਾ ਸਟਾਰਟ ਕਰੂੰਗਾ ਗੇੜਾ ਟੇਢਾ ਹੀ ਰਹੂਗਾ, ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਅਤੇ ਉੱਧਰਲੇ ਪਾਸਿਓਂ ਮੰਨ ਲਓ ਟੇਢੇ ਵਾਲੇ ਪਾਸਿਓਂ ਤੁਸੀਂ ਸਿੱਧੇ ਅੰਨੀ ਨੂੰ ਆਓਗੇ ਨਾ ਨਵਾਂ ਗੇੜਾ ਲੈ ਕੇ, ਤਾਂ ਗੇੜਾ ਕਦੇ ਵੀ ਟੇਢਾ ਨਹੀਂ ਹੋਊਗਾ ਜਿੰਨਾ ਚਿਰ ਤੁਹਾਡਾ ਫੋਨ 'ਚ ਧਿਆਨ ਨਹੀਂ ਆ। ਜੇ ਫੋਨ 'ਚ ਧਿਆਨ ਲਾ ਕੇ ਬੈਠਾ ਤਾਂ ਗੇੜਾ ਜ਼ਰੂਰ ਟੇਢਾ ਹੋਊਗਾ ਅਤੇ ਉਵੇਂ ਟੇਢਾ ਨਹੀਂ ਹੁੰਦਾ, ਕਦੇ ਵੀ ਅਜਮਾ ਕੇ ਵੇਖਿਓ ਜ਼ਰੂਰ ਆਹ। ਬਾਕੀ ਜਿਨ੍ਹਾਂ ਨੂੰ ਵਧੀਆ ਲੱਗਿਆ ਉਹਨਾਂ ਲਈ ਸੀਗਾ, ਜਿਨ੍ਹਾਂ ਨੂੰ ਪਹਿਲਾਂ ਤੋਂ ਪਤਾ ਸੀ ਆਹ ਦਾ ਗਿਆਨ ਨਾ ਦਿਓ ਪਲੀਜ਼। ਫੁੱਲ ਹੀ ਗਏ ਅਤੇ ਮੈਨੂੰ ਫਾਰਮ ਹਾਊਸ ਦੀ ਚਾਬੀ ਨਹੀਂ ਲੱਭੀ ਜਾਂਦੀ, 100 ਰੁਪਇਆ ਮਿਲ ਜਾਏ ਜਿਹੜਾ ਮੈਂ ਡਾ ਕੇ ਫਿਰ ਹੀ ਨਿਕਲੂ ਜੇ ਮੈਨੂੰ ਚਾਬੀ ਲੱਭੀ। ਹੋਰ ਕੋਈ ਪ੍ਰੋਬਲਮ ਨਹੀਂ, ਮੈਨੂੰ ਕਿੱਥੇ ਰੱਖ ਰਹੇ ਹਾਂ ਦੇਖਦੇ ਭਾਵੇਂ ਜੋ ਇਕੱਲਾ ਬੰਦਾ ਰਾਤ ਨੂੰ ਹੋਵੇ ਡਰ ਜੇ। ਵਰਡ ਕੋਈ ਹੋਰ ਸੀ ਚੱਲ।
ਪੱਤੇ ਤੇ ਪੱਤਾ ਵੱਜੀ ਜਾਂਦਾ ਬੱਲੇ ਕੇਲੇ ਲੱਗਣ ਦੁਬਾਰਾ ਸਟਾਰਟ ਹੋ ਗਏ ਬਈ ਚਾਬੀ ਆਪਾਂ ਨੂੰ ਲੱਭ ਗਈ ਛੋਟੀ ਚਾਬੀ ਕਿਹੜੀ ਹੁਣ ਆ ਸੀ ਮੇਨ ਕਮਰੇ ਦੀ ਚਾਬੀ ਆ ਸੀ दोपहर बाद आवांगे फट करा जोड़ा जो महीना आया उदों तक ऐ भी जिन्ना घा जा वड्या सुक जूगा कुछ दिमाग लाता ही ना उन्हें।